तोड़ गया ना फड़क दे कच्ची रुत दे जुत्तियां ना मारिए जवान पुत दे दिल वाला भेत ना किसी नूं दसीए सौरियां दे पिंड जाके कदे ना वसीए सियाने बंदे किसी गल तो मना करदे सी हुण वाले दो दो महीने नहीं मुड़दे क्यों नहीं मुड़दे बाबा जी जो उत्थे बेलियां खाणियां पैणियां घरे काम करना पैणा कि किसी गल तो मना करदे सी सुन के इधर खेल मिल लो कोई नहीं अज सानू मिल लो असीं वी फैसला बातों चल के आए हुए ਕਹਿੰਦਾ ਕਿੱਕਰਾਂ ਨੂੰ ਬੇਰ ਬੇਰੀਆਂ ਨੂੰ ਅੰਬ ਜੀ ਉਡੂਗਾ ਜ਼ਬਾਨਾਂ ਲਾ ਕੇ ਖੰਭ ਜੀ ਪਿਓ ਦੀ ਰਹਿ ਜਦੋਂ ਪੁੱਤ ਪੁੱਛੂਗਾ ਉਦੋਂ ਦੁੱਧ ਕਿਹੋ ਦੇਖੋ ਪੁੜੀਆਂ ਚ ਵਿਕੂਗਾ ਹੁਣ ਵਕਤ ਆ ਗਿਆ ਅੱਗੇ ਨੀ ਸਿਆਣੇ ਬੰਦੇ ਸਲਾਹ ਕਰਦੇ ਸੀ ਹੁਣ ਪਹਿਲਾਂ ਨਿਆਣੇ ਤੋਂ ਪੁੱਛਣੀ ਪੈਂਦੀ ਹੈ ਵਕਤ ਪੁੱਠਾ ਚੱਲਾ ਗਿਆ ਅੱਗੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ ਬਾਬਾ ਜੀ ਜਿੰਨਾ ਚੰਡ ਕੇ ਰੱਖੋ ਉਨਾ ਪੱਧਰਾ ਰਹਿੰਦਾ ਹੈ ਹੁਣ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨਿਆਣਿਆਂ ਨੂੰ ਬੱਚਿਆਂ ਨੂੰ ਕੋਈ ਨੀ ਮਨਾ ਕਰਦਾ ਜਦ ਇਹ ਜਵਾਨ ਹੋ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਹੀ ਹੈ ਜੱਗ ਤੇ ਕੀ ਹੁੰਦਾ ਫਿਰਦਾ ਇੱਥੋਂ ਕਿਸੇ ਆਰਫ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਢਹਿੰਦਾ ਢਹਿੰਦਾ ਢਹਿ ਜਾਂਦਾ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਾ ਪੈਂਦਾ ਬਹਿ ਜਾਂਦਾ ਚੂਲ ਖੋਰ ਨੂੰ ਜੇ ਰੋਕ ਵੀ ਦਈਏ ਤੇ ਗੱਲ ਕਹਿੰਦਾ ਕਹਿੰਦਾ ਬੁਖਾਰਾ ਹੋ ਜਾਣਾ ਜਿੰਨਾ ਚਿਰ ਦਸਾਂ ਬੰਦਿਆਂ ਨੂੰ ਕਹਿ ਜਾਂਦਾ ਚੂਲ ਖੋਰ ਨੂੰ ਰੋਕ ਵੀ ਦਈਏ ਗੱਲ ਕਹਿੰਦਾ ਕਹਿੰਦਾ ਬਹਿ ਜਾਂਦਾ ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ ਭੱਠਾ ਬਹਿੰਦਾ ਬਹਿੰਦਾ ਬਹਿ ਜਾਂਦਾ ਪਹਿਲੀ ਉਮਰ ਨਾਲ ਜਿਹਦਾ ਵਿਆਹ ਹੋਵੇ ਉਹ ਫਿਰ ਰਹਿੰਦਾ 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 ਰਹਿ ਜਾਂਦਾ ਇੱਥੇ ਤਾਂ ਬਹੁਤ ਬੈਠੇ ਹੋਣੇ ਰਹਿੰਦਾ ਰਹਿੰਦਾ ਰਹਿ ਜਾਂਦਾ ਜੇ ਤਾਂ ਚੱਜ ਦੇ ਕੰਮ ਕਰਦੇ ਰਹੇ ਹੋ ਜੂਗਾ ਨਹੀਂ ਬਚ ਜਾਓਗੇ ਰਿਸ਼ਤੇ ਚੰਗੇ ਮੁੰਡੇ ਨੇ ਉਹਨਾਂ ਜਿਹੜੇ ਕੰਮ ਕਰਦੇ ਆ ਜਿਹੜੇ ਨਕੰਮੇ ਆ ਉਹਨਾਂ ਨੂੰ ਦੇਖ ਕੇ ਬੁਕਰ ਜਾਂਦੇ ਅਗਲੇ ਗੁਆਂਢ ਨਹੀਂ ਦੱਸ ਦਿੰਦਾ ਕਿ ਮੁੰਡਾ ਤਾਂ ਚਰਚ ਪੀਂਦਾ ਇਸ ਗੱਲੋਂ ਬਚਿਓ ਫੇਰ ਹੋ ਜੂਗਾ ਨਹੀਂ ਤਾਂ ਫਿਰ ਰਹਿ ਜਾਓਗੇ ਛੜੇ ਇੰਡੀਆ ਦੇ ਦੌਰ ਦੀ ਗੱਲ ਹੈ ਬਾਬਾ ਜੀ ਉਦੋਂ ਰਿਸ਼ਤਾ ਨਹੀਂ ਸੀ ਲੱਭਦਾ ਹੁੰਦਾ ਉਦੋਂ ਵਿਆਹ ਬੜਾ ਔਖਾ ਹੁੰਦਾ ਸੀ ਇੱਕ ਬੰਦਾ ਰਹਿ ਗਿਆ ਭੱਜ ਦੌੜ ਬਹੁਤ ਕੀਤੀ ਕਿਸੇ ਪਾਸੇ ਚਾਰਾ ਨਾ ਚੱਲਿਆ ਉਹ ਬੇਆਸ ਹੋ ਗਿਆ ਬੇਉਮੀਦ ਹੋ ਗਿਆ ਕਹਿੰਦਾ ਵੀ ਮੇਰਾ ਨੀ ਵਿਆਹ ਹੋਣਾ ਛੱਡ ਕਹਿੰਦਾ ਵਿਆਹ ਤੋਂ ਕੀ ਲੈਣਾ ਭਲਾ ਜਮਾਨਾ ਸਸਤਾ ਦੌਰ ਗੌਰਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਵਤ ਤੋਂ ਲੱਭ ਜਾਂਦੀ ਸੀ ਫੌਜ ਦੇ ਵਿੱਚ ਭਰਤੀ ਹੋ ਗਿਆ ਫੌਜ ਦੀ ਭਰਤੀ ਹੋ ਗਿਆ ਨੌਕਰੀ ਕਰਦਾ ਰਿਹਾ 25 ਜਾਂ 30 ਸਾਲ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਕੇ ਸਰਕਾਰੀ ਪੈਸੇ ਲੈ ਕੇ ਵਾਪਸ ਆਪਣੇ ਪਿੰਡ 'ਚ ਆ ਗਿਆ ਹੁਣ ਉਸ ਵੇਲੇ ਪਿੰਡ 'ਚ ਆ ਗਿਆ ਸਿਆਣਾ ਹੋ ਗਿਆ ਕਹਿੰਦਾ ਹੁਣ ਵਿਆਹ ਵਾਲੀ ਉਮਰੋਂ ਤਾਂ ਲੰਘ ਗਾਹਾਂ ਕਿਸੇ ਜ਼ਿਮੀਂਦਾਰ ਨਾਲ ਸਾਂਝੀ ਤੇ ਖੇਤੀਬਾੜੀ ਸ਼ੁਰੂ ਕਰ ਲੈਂਦੇ ਹਾਂ ਵੀ ਚੱਲ ਬਕਾਇਆ ਵਕਤ ਗੁਜ਼ਰ ਜੂ ਹਜੇ ਖੇਤੀਬਾੜੀ ਸ਼ੁਰੂ ਨਹੀਂ ਕੀਤੀ ਜਦ ਨੂੰ ਵਿਚਾਰੇ ਦੀ ਮਾਂ ਮਰ ਗਈ ਅਸਲੋਂ ਜਹਾਨ ਤੇ ਇੰਟਰਨੈਸ਼ਨਲ ਬੈਨ ਕਵਾਮੀ ਛੜਾ ਕੱਲਾ ਹੀ ਰਹਿ ਗਿਆ ਹੁਣ ਉਹਦਾ ਕੋਈ ਨਾ ਰਿਹਾ ਕਹਿੰਦਾ ਪਹਿਲਾਂ ਛੜੇ ਨੇ ਕਰ ਲਈ ਨੌਕਰੀ ਫੇਰ ਆ ਗਿਆ ਘਰੇ ਫੇਰ ਛੜੇ ਦੀ ਮਾਂ ਮਰ ਜਾਂਦੀ ਸਿਆਪਾ ਕੋਈ ਨਾ ਕਰੇ ਫੇਰ ਛੜੇ ਨੇ ਕਰ ਲਈ ਖੇਤੀ ਸਾਂਝੀ ਕੋਈ ਨਾ ਰਲੇ ਡਰਦਾ ਵੀ ਇਹਨੇ ਦੇਣਾ ਕਿਸੇ ਨੂੰ ਕੀ ਹੈ ਫੇਰ ਛੜੇ ਨੇ ਕਰ ਲਈ ਖੇਤੀ ਸਾਂਝੀ ਕੋਈ ਨਾ ਰਲੇ ਅਗਲੇ ਦਿਨ ਹੜ ਲੈ ਕੇ ਤੁਰ ਪਏ ਤੇ ਚਉ ਭੁੱਲ ਗਿਆ ਘਰੇ ਚਉ ਲੈ ਕੇ ਜਦ ਵਾਪਸ ਮੁੜਿਆ ਝੋਟਾ ਡੁੱਬੇ ਵਿੱਚ ਬੜੇ ਇੱਟਾ ਉੱਟਾ ਮਾਰ ਕੇ ਝੋਟਾ ਕੱਢੇ ਜਦ ਨੂੰ ਸਿਖਰ ਦੁਪਹਿਰਾ ਚੜੇ ਫੇਰ ਛੜੇ ਨੂੰ ਭੁੱਖ ਲੱਗ ਜਾਂਦੀ ਵਿੰਗੇ ਟੇਢੀਆਂ ਰਹਿਣਾ ਵੜੇ ਹੜ ਛੱਡ ਕੇ ਜਦ ਘਰ ਨੂੰ ਆਇਆ ਤਾਂ ਆਟਾ ਹੈ ਨੀ ਘਰੇ ਉਦੋਂ ਕਿਹੜਾ ਬਿਜਲੀ ਹੁੰਦੀ ਸੀ ਜਾਂ ਮੋਟਰਾਂ ਲੱਗੀਆਂ ਸੀ ਹੱਥ ਵਾਲੀ ਚੱਕੀ ਹੁੰਦੀ ਸੀ ਉਹਦੇ ਨਾਲ ਦਾਣੇ ਪੀਣੇ ਤਾਂ ਰੋਟੀ ਪਾਣੀ ਤਿਆਰ ਕਰਨਾ ਬੰਦੇ ਵੀ ਮਿਹਨਤ ਕਰਦੇ ਸੀ ਹੱਥ ਨਾਲ ਸਾਡੀਆਂ ਬੀਬੀਆਂ ਮਾਈਆਂ ਭੈਣਾਂ ਵੀ ਕਰਦੀਆਂ ਸੀਗੀਆਂ ਉਸ ਵਕਤ ਦੇ ਵਿੱਚ ਹਾਂਜੀ ਪਾਣੀ ਵੀ ਨਲਕੇ ਨਾਲ ਗੇੜਨਾ ਹੱਥ ਵਾਲੀ ਮਸ਼ੀਨ ਨਾਲ ਪੱਠੇ ਕੁੱਤਰਨੇ ਹਾਂਜੀ ਚੱਟ 'ਚ ਲੱਸੀ ਰਿੜਕਣੀ ਚੱਕੀ 'ਚ ਲਾਉਣੀ ਬੰਦੇ ਸਿਹਤਮੰਦ ਔਰ ਤਾਂ ਸਿਹਤਮੰਦ ਆ ਹੁਣ ਕੀ ਵਿਹੜਾ ਬੈਠਿਆ ਹੋਇਆ ਬੰਦਾ ਤਾਂ ਆਉਂਦਾ ਬਾਹਰੋਂ ਥੱਕਿਆ ਟੁੱਟਾ ਕੰਮ ਤੋਂ ਵਿਹੜੇ ਜਾ ਕੇ ਮੰਜੀ 'ਤੇ ਬਹਿ ਜਾਂਦਾ ਘਰ ਵਾਲੇ ਨੂੰ ਕਹਿੰਦਾ ਥਕਾਵਟ ਬਹੁਤ ਹੈ ਚਾਹ ਦੀ ਘੁੱਟ ਤਾਂ ਕਰ ਦਿਓ ਕਹਿੰਦੀ ਮੇਰਾ ਅੱਗੇ ਸਵੇਰ ਦਾ ਬਲੈਂਡ ਬੰਦਿਆ ਹੋਇਆ ਅਸੀਂ ਆਪੇ ਨਹੀਂ ਸੀ ਪੈਂਦੇ ਉਦੋਂ ਉਹਨੂੰ ਇਹ ਹੁਣ ਚੱਕੀ ਕੱਢੀ ਤਾਂ ਵਿਹੜੇ 'ਚ ਰੱਖ ਕੇ ਬਾਬਾ ਜੀ ਪੀਣ ਲੱਗ ਗਿਆ ਦੋ ਸਿਰ ਦਾਣੇ ਲੈ ਕੇ ਪੀਣ ਬਹਿ ਗਿਆ ਆਟਾ ਪਿੰਡ 'ਤੇ ਲੜੇ ਆਟਾ ਪੀ ਕੇ ਜਦ ਦੇਖਣ ਲੱਗਿਆ ਪਾਣੀ ਹੈ ਨਹੀਂ ਵਿੱਚ ਘੜੇ ਬਈ ਪਾਣੀ ਲੈ ਕੇ ਜਦ ਮੁੜ ਕੇ ਆਇਆ ਤਾਂ ਕੁੱਤੇ ਆਟਾ ਖਾਈ ਖੜੇ ਮਗਰ ਕਿਹੜਾ ਕੋਈ ਧਿਆਨ ਰੱਖਣ ਵਾਲਾ ਸੀ ਸਿਆਪੇ ਨੂੰ ਫੇਰ ਫਸ ਗਿਆ ਉਹ ਤੋਂ ਟਾਈਮ ਬਹੁਤਾ ਹੁੰਦਾ ਜਾਵੇ ਸੇਰ ਕ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ ਰੋਟੀ ਤਾਂ ਖਾਣੀ ਸੀ ਨਾ ਉਹਨੇ ਸੇਰ ਕ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ ਫਿਰ ਮੋਟਾ ਮੋਟਾ ਦਲੇ ਬੈਠਾ ਫੂਕਾ ਮਾਰਦਾ ਨਾ ਅੱਗ ਚੁੱਲ੍ਹੇ 'ਚ ਬਲੇ ਬਈ ਚਾਰ ਰੋਟੀਆਂ ਪਕਾ ਕੇ ਰੱਖੀਏ ਜਦ ਨੂੰ ਚਾਰ ਪਰਾਹੁਣੇ ਖੜੇ ਉਹੀ ਹੋ ਗਈ ਹੋਇਆ ਹੋਇਆ ਸੀ ਉੱਤੋਂ ਆ ਗਏ ਪਰਾਹੁਣੇ ਹੁਣ ਚਾਰ ਪਰਾਹੁਣੇ ਦੇਖ ਕੇ ਛੜਾ ਝੱਟ ਕੋਠੇ 'ਤੇ ਚੜੇ ਕੋਠੇ ਉੱਤੇ ਚੜ ਕੇ ਕਹਿੰਦਾ ਕਰਕੇ ਹੱਥ ਖੜੇ
ਕਹਿੰਦਾ ਮੈਂ ਕਿਸੇ ਕੰਜਰ ਤੇ ਨਹੀਂ ਜਾਂਦਾ, ਕੋਈ ਕੰਜਰ ਮੇਰੇ ਨਾਲ ਕੇ ਬੜੇ ਉਤਲੇ ਹਾਲ ਕੇ ਛੜਾ ਕਿਸੇ ਬਿਆਨ ਕਰਕੇ ਦੱਸਦਾ।